ਸੌਰੀ ਮੈਂ ਤੁਹਾਨੂੰ ਪਰੇਸ਼ਾਨ ਕਰ ਰਹੀ ਹਾਂ, ਪਰ ਮੈਂ ਤੁਹਾਡੇ ਆਫਿਸਰ ਨਾਲ ਗੱਲ ਕਰਨੀ ਹੈ। ਪਰ ਤੁਸੀਂ ਹੋ ਕੌਣ? ਕੁਝ ਜਾਣੇ ਪਹਿਚਾਣੇ ਜੇ ਲੱਗ ਰਹੇ ਹੋ। ਮੇਰਾ ਨਾਮ ਸ਼ੀਤਲ ਮਲਹੋਤਰਾ ਹੈ। ਸ਼ੀਤਲ ਮਲਹੋਤਰਾ, ਵਿਕਰਮ ਮਲਹੋਤਰਾ ਦੇ ਮਦਰ ਜੀ? ਓਕੇ। ਅੱਛਾ, ਤਾਂ ਤੁਸੀਂ ਵਿਕਰਮ ਮਲਹੋਤਰਾ ਦੇ ਕੇਸ ਬਾਰੇ ਜਾਣਕਾਰੀ ਲੈਣ ਆਏ ਹੋ? ਨਹੀਂ ਸਰ, ਮੈਂ ਉਹ ਚਰਨ ਸਿੰਘ ਦੇ ਬਾਰੇ ਗੱਲ ਕਰਨਾ ਚਾਹੁੰਦੀ ਸੀ। ਮੈਂ ਉਹਨਾਂ ਨੂੰ ਇੱਕ ਵਾਰੀ ਮਿਲਣਾ ਚਾਹੁੰਦੀ ਹਾਂ। ਮੈਂ ਸੁਣਿਆ ਕਿਸੇ ਨੇ ਉਹਨਾਂ ਦਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਨਾ ਕਿਹੋ ਜਿਹਾ ਟਾਈਮ ਆ ਗਿਆ ਕਿ ਮੈਨੂੰ ਮਰਡਰ ਦੀਆਂ ਗੱਲਾਂ ਕਰਨੀਆਂ ਪੈ ਰਹੀਆਂ। ਤਾਂ ਮੈਮ, ਇਸ ਕੇਸ ਬਾਰੇ ਜਾਣਕਾਰੀ ਲੈਣ ਵਾਸਤੇ ਤਾਂ ਤੁਹਾਨੂੰ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਸੀ। ਮੈਨੂੰ ਪਤਾ ਹੈ ਸਰ, ਮੈਨੂੰ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਸੀ, ਪਰ ਉੱਥੇ ਜਾ ਕੇ ਕੁਛ ਨਹੀਂ ਹੋਣਾ। ਅਤੇ ਆਹ ਕੇਸ ਤੁਹਾਡੀ ਸਪੈਸ਼ਲ ਫੋਰਸ ਦਾ ਕੋਈ ਆਫਿਸਰ ਹੈਂਡਲ ਕਰ ਰਿਹਾ ਨਾ, ਮੈਂ ਪਹਿਲਾਂ ਇਹੋ ਜਿਹੀਆਂ ਗੱਲਾਂ ਨਹੀਂ ਕੀਤੀਆਂ। ਸਰ ਪਲੀਜ਼, ਮੈਨੂੰ ਇੱਕ ਵਾਰੀ ਇਸ ਕੇਸ ਨੂੰ ਹੈਂਡਲ ਕਰਨ ਵਾਲੇ ਆਫਿਸਰ ਨੂੰ ਮਿਲਣਾ ਹੈ, ਪਲੀਜ਼। ਕਾਮ ਡਾਊਨ ਮੈਮ, ਕਾਮ ਡਾਊਨ। ਦੇਖੋ, ਤੁਸੀਂ ਇਸ ਤਰ੍ਹਾਂ ਅਚਾਨਕ ਆ ਕੇ ਸਾਡੇ ਆਫਿਸਰਸ ਨੂੰ ਨਹੀਂ ਮਿਲ ਸਕਦੇ, ਪਲੀਜ਼ ਸਰ। ਓਕੇ, ਮੈਂ ਦੇਖਦਾ ਕਿ ਕੀ ਕੀਤਾ ਜਾ ਸਕਦਾ। ਸਾਰਾ ਘਰ ਲੱਭ ਲਿਆ, ਕਿਤੇ ਨਹੀਂ ਮਿਲੇ। ਹੈਲੋ ਸਰ, ਇੱਥੇ ਇੱਕ ਪ੍ਰੋਬਲਮ ਹੋ ਗਈ ਹੈ, ਮੇਰੇ ਮਦਰ ਇਨ ਲੋ ਉਹ ਮਿਸਿੰਗ ਨੇ। ਬਈ, ਉਹ ਤਾਂ ਹੋਣਾ ਹੀ ਸੀ, ਉਹ ਤਾਂ ਮੇਰੇ ਸਾਹਮਣੇ ਮੇਰੇ ਆਫਿਸ ਵਿੱਚ ਬੈਠੇ ਨੇ। ਕੀ ਸ਼ੀਤਲ ਆਂਟੀ SCF ਆਫਿਸ ਵਿੱਚ ਨੇ? ਇੱਥੇ ਅਸੀਂ ਉਹਨਾਂ ਨੂੰ ਲੱਭ ਲੱਭ ਕੇ ਕਮਲੇ ਹੋਏ ਪਏ ਹਾਂ। ਇੱਕ ਮਿੰਟ, ਮੈਂ ਸਾਰਿਆਂ ਨੂੰ ਦੱਸ ਕੇ ਆਉਂਦੀ ਹਾਂ। ਇੱਕ ਮਿੰਟ ਸਰ, ਨੀਚੇ ਕੀ ਦੱਸਾਂਗੇ ਕਿ ਸਾਨੂੰ ਕਿਤਾ ਪਤਾ ਲੱਗਾ? ਹਾਂ, ਇਹ ਤਾਂ ਮੈਂ ਸੋਚਿਆ ਨਹੀਂ। ਤੇਰੀ ਸੱਸ ਉਸ ਆਫਿਸਰ ਨੂੰ ਮਿਲਣਾ ਚਾਹੁੰਦੀ ਹੈ ਜੋ ਚਰਨ ਸਿੰਘ ਦਾ ਕੇਸ ਹੈਂਡਲ ਕਰ ਰਿਹਾ ਹੈ। ਵਾਟ? ਉਹ ਫੇਸ ਟੂ ਫੇਸ ਉਸ ਨਾਲ ਮੀਟਿੰਗ ਕਰਨਾ ਚਾਹੁੰਦੀ ਹੈ। ਪਰ ਸਰ, ਇਹ ਕਿਵੇਂ ਪੋਸੀਬਲ ਹੈ? ਹਾਂ, ਤੁਸੀਂ ਕੰਮ ਕਰੋ, ਉਹਨਾਂ ਨੂੰ ਕਹਿ ਦਿਓ ਕਿ ਕਾਲ ਤੇ ਗੱਲ ਕਰ ਲੈਣ। ਓਕੇ ਸਰ, ਧਿਆਨ ਨਾਲ ਵੌਇਸ। ਲੋ, ਗੱਲ ਕਰੋ। ਕਿਹਦੇ ਨਾਲ? ਜੋ ਆਫਿਸਰ ਚਰਨ ਸਿੰਘ ਦਾ ਕੇਸ ਹੈਂਡਲ ਕਰ ਰਿਹਾ ਹੈ, ਉਸ ਆਫਿਸਰ ਵੀਰਾ ਨਾਲ ਗੱਲ ਕਰੋ। ਵੀਰਾ ਨਾਲ? ਇਸ ਕੇਸ ਨੂੰ ਵੀ ਵੀਰਾ ਹੀ ਹੈਂਡਲ ਕਰ ਰਹੀ ਹੈ? ਮੈਮ, ਸਾਡੇ ਆਫਿਸਰ ਇੱਕ ਟਾਈਮ ਤੇ ਕਈ ਕਈ ਕੇਸ ਹੈਂਡਲ ਕਰਦੇ ਨੇ। ਤੁਸੀਂ ਗੱਲ ਕਰਨੀ ਹੈ ਕਿ ਨਹੀਂ? ਨਹੀਂ ਨਹੀਂ, ਕਰਨੀ ਹੈ। ਹੈਲੋ, ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।